ਇਹਨੂੰ ਪਤਾ ਨਹੀਂ ਕੀ ਹੋਇਆ, ਕਿਹੜੇ ਹੱਕਾਂ ਦੀ ਗੱਲ ਕਰਦਾ, ਪਰ ਪਹਿਲੇ ਜਿਹੜੇ ਕਾਲਰ ਸਾਡੇ ਫੋਨ ਤੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ। ਹੈਲੋ ਬੋਲੋ। ਹਾਂ ਪਾਲੀ ਸਤਿ ਸ੍ਰੀ ਅਕਾਲ ਜੀਉਣੇ ਤੇ ਮੇਰੀ ਹੋਣ ਵਾਲੀ ਨੂੰਹ। ਅੱਜ ਤਾਂ ਤੁਹਾਨੂੰ ਵੈਸੇ ਵੀ ਬੜਾ ਯਾਦ ਕੀਤਾ ਜਾ ਰਿਹਾ ਸੀ। ਮੈਨੂੰ ਪਤਾ ਲੱਗ ਗਿਆ ਸੀ, ਮੈਂ ਦੇਖ ਲਿਆ ਸੀ, ਮੇਰੀ ਨੂੰਹ ਨੇ ਮੱਥਾ ਨਹੀਂ ਟੇਕਿਆ। ਪਰ ਜਿਹੜੀ ਕੁੜੀ ਨੂੰ ਕੋਈ 2.5 ਰੁਪਏ ਨਹੀਂ ਦਿੰਦਾ, ਉਹਨੂੰ ਤੁਸੀਂ 2.5 ਲੱਖ ਰੁਪਇਆ ਦਿੱਤਾ, ਇਹ ਕੀ ਸੋਚ ਕੇ ਦਿੱਤਾ? 2.5 ਲੱਖ ਤਾਂ ਇੱਕ ਦਿਨ ਦਾ ਖਰਚਾ ਸੀ ਪੁੱਤਰ, 2.5 ਲੱਖ ਤਾਂ ਇੱਕ ਦਿਨ ਦਾ ਖਰਚਾ ਸੀ। ਮੈਂ ਕਿਹਾ ਜਾਈ ਕਿ ਉੱਥੇ ਡਾਲਰ ਖਾਣੇ ਸ਼ੁਰੂ ਕਰਤੇ ਕਿੰਨੇ ਲੰਚ ਬ੍ਰੇਕਫਾਸਟ ਚ। ਨਹੀਂ, ਫਿਰ ਮੈਂ ਤਾਂ ਇਹਨੂੰ 1 ਕਿਲੋ ਸੋਨੇ ਦੇ ਗਹਿਣੇ ਲੈ ਕੇ ਦਿੱਤੇ ਆ, ਉਹ ਰੱਖ ਲਏ ਆਪਣੇ ਕੋਲ ਮੈਂ। ਤੇ ਉਹ ਮੈਂ ਏਦਾਂ ਕੀਤਾ ਵੀ ਇਹ ਸੀ ਸਾਈਡ ਤੇ ਵਾਈਪਰ ਨੀ ਬਣ ਕੇ ਗਈ, ਇਹ ਤਾਂ ਬਕੀਨੀ ਪਾ ਕੇ ਗਈ ਸੀ। ਮੈਨੂੰ ਲੋਕੀ ਕਹਿੰਦੇ ਤੇਰੀ ਨੂੰਹ ਇੰਨੀ ਸੋਹਣੀ, ਇੰਨੀ ਸੋਹਣੀ, ਇੰਨੀ ਸੋਹਣੀ, ਇੰਨੀ ਸੋਹਣੀ। ਮੇਰਾ ਦਿਮਾਗ ਚੜ ਗਿਆ, ਇਹਨੇ ਮੱਥਾ ਵੀ ਨੀ ਅੱਜ ਮੈਨੂੰ ਟੇਕਿਆ। ਮੈਨੂੰ ਪਤਾ ਲੱਗਾ ਕਿ ਉੱਥੇ ਗੋਰਿਆਂ ਨੇ ਆਪਣੇ ਬਲੇਡ ਮਾਰ ਲਏ ਨਸਾਂ ਤੇ ਵਿੱਚ ਤੇ, ਜਦੋਂ ਇਹ ਜਿਹੜਾ ਦੱਸਿਆ ਤੁਸੀਂ ਜੋ ਪਾ ਗਈ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਨਾ। ਨਹੀਂ, ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਰੁਪਿੰਦਰ ਦੀ ਹੋਣ ਵਾਲੀ ਨੂੰਹ ਆ। ਤੇ ਮੇਰਾ ਮੁੰਡਾ ਕਹਿੰਦਾ ਕਿ ਮੰਮੀ ਤੂੰ ਇੰਨੀ ਚੰਗੀ ਆ, ਮੰਮੀ ਤੂੰ ਇੰਨੀ ਚੰਗੀ, ਐਡੀ ਸੋਹਣੀ ਕੁੜੀ ਤੂੰ ਮੇਰੇ ਲਈ ਲੱਭੀ। ਅੱਛਾ, ਹਾਂ ਨਹੀਂ ਤੁਸੀਂ ਇੰਨਾ ਨਹੀਂ ਨਹੀਂ ਵੀ ਬੜੇ ਚੋ ਇਹ ਆਈ ਆ ਵਾਪਸ। ਅੱਛਾ, ਇਹਦੇ ਕੋਲ ਪੱਕਾ ਵੀਜ਼ਾ ਨਹੀਂ, ਇਸ ਕਰਕੇ ਕਿ ਹੁਣ ਵਿਆਹ ਵਾਲਾ ਵੀਜ਼ਾ ਲਾ ਕੇ ਸੱਦਣਾ ਇਹਨੂੰ। ਅੱਛਾ ਜੀ, ਤੇ ਪਾਲੀ ਆਏਗਾ ਵਿਆਹ ਦੇ ਵਿੱਚ ਭਰਾ ਦੀ ਮਿਲਣੀ ਘਰ। ਬਹੁਤ ਸੋਹਣਾ। ਤੇ ਜਿਉਣ ਤੈਨੂੰ ਤਾਂ ਮੈਂ ਉਦੇ ਸੱਦਣਾ, ਮੈਂ ਆਪਣੇ ਪੁੱਤ ਨੂੰ, ਇਹਨੂੰ ਕੋਹਣੀ ਲੈ ਕੇ ਥੱਲੇ ਡੋਲੀ ਵਾਲੀ ਕਾਰ ਦੇ ਨਾਲ ਐਜ਼ ਅ ਸਟੱਪਣੀ ਚੱਲ ਜਾਏਗਾ ਨਾ ਸੇ ਨਾਲ ਭਰਾ ਵੀ ਕਾਰ ਦੇ ਨਾਲ ਤੁਹਾਨੂੰ ਤੇ ਹੈਲੀਕਾਪਟਰ। ਇੱਕ ਭਰਾ ਸੋਹਰੇ ਤੱਕ ਵੀ ਤਾਂ ਜਾਂਦਾ, ਉਹ ਲੈ ਜਿਓ। ਲੈਣ ਆਯੋ ਪਰ ਬਹੁਤਾ ਸੋਹਣਾ ਸ਼ਬਦ ਨਹੀਂ ਜੋੜਿਆ ਤੂੰ। ਹੈਲੋ, ਹੁਣ ਇਹ ਗੱਲ ਹੈ ਵੀ ਮੇਰੀ ਨੂੰਹ ਦਾ ਨਾ ਮੂੰਹ ਬਹੁਤ ਸੋਹਣਾ ਹੈ ਨਾ, ਇਹਨੂੰ ਕੁਛ ਨਹੀਂ ਕਹਿਣਾ। ਨਹੀਂ, ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਇੰਨਾ ਪੈਸਾ ਦੇਤਾ, ਇੰਨੀ ਅਮੀਰ ਹੋ ਗਈ, ਮੂੰਹ ਤੇ ਹਜੇ ਵੀ ਗਰੀਬਾਂ ਵਾਲਾ ਚੁੱਕੀ ਫਿਰਦੀ ਹੈ। ਦੇਖੋ, ਏਦਾਂ ਨੀ ਲੱਗਦਾ ਇਹਦਾ ਮੂੰਹ ਦੇਖ ਕੇ ਕਿਸੇ ਗਰੀਬ ਦਾ ਟੀਵੀ ਖਰਾਬ ਹੋ ਗਿਆ ਹੁੰਦਾ ਤੇ ਮਕੈਨਿਕ ਸੱਦਣ ਜੋਗੇ ਪੈਸੇ ਨਹੀਂ ਉਹਦੇ ਕੋਲ। ਤੇ ਹੈ ਵੀ ਉੱਤੋਂ ਨਵਾਂ ਸਾਲ ਆ, ਉਹਨੇ ਨਵਾਂ ਸਾਲ ਦਾ ਪ੍ਰੋਗਰਾਮ ਦੇਖਣਾ, ਏਦਾਂ ਬੈਠਾ ਹੁੰਦਾ ਗਰੀਬ। ਪਤਾ ਨੀ ਗੁਆਂਢੀਆਂ ਦੀ ਖਿੜਕੀ ਦੀ ਜਾਲੀ ਦੇ ਵਿੱਚੋਂ ਨਵਾਂ ਪ੍ਰਸਾਦ ਹਜੂਰ ਰਾਜਾ ਜੀ, ਪਾਪਾ ਜੀ, ਉਹ ਮੇਰੇ ਕੁੱਤੇ ਫੇਲ ਹੋ ਗਏ। ਮੈਂ ਕਿਹਾ ਸੋਚ ਕੇ ਕੀ ਆਇਆ ਸੀ ਤੂੰ? ਕੁੱਤੇ ਫੇਲ ਹੋ ਗਏ। ਕੁੱਤੇ ਫੇਲ ਹੋ ਗਏ? ਹਾਂਜੀ ਹਾਂਜੀ। ਤੇ ਚੰਗੀ ਜਗ੍ਹਾ ਟਿਊਸ਼ਨ ਰਖਾ ਦੇਣੀ ਹੁਣ, ਇਹ ਤਾਂ ਪਹਿਲੇ ਫੇਲ ਸੀ। ਇਧਰੋਂ ਗੱਲ ਕਰ, ਕੋਈ ਗੱਲ ਕਰ ਰਿਹਾ ਤੇਰੇ ਨਾਲ। ਹਾਂਜੀ ਭੈਣ ਜੀ। ਮੈਨੂੰ ਸਮਝ ਨੀ ਆਉਂਦਾ, ਇੱਕ ਵਾਰੀ ਗੌਰ ਨਾਲ ਦੇਖਦੇ ਲੋ। ਮੇਰੇ ਪੁੱਤ ਪਾਲੀ, ਮੈਂ ਤਾਂ ਸਵਾਮੀ ਜੀ ਤੇਰੀ ਤਾਂ ਲਵ ਯੂ ਦੀ ਕੈਮਿਸਟਰੀ ਬੜੀ ਗੁੱਡ ਆ, ਤੂੰ ਇਹ ਤਾਂ ਕਿਉਂ ਕਹਿ ਰਿਹਾ? ਮੈਂ ਇਹਦੇ ਨਾਲ ਕਦੀ ਹਿਸਟਰੀ ਨਾ ਬਣਾ ਸਕਾਂ ਤੇ ਤੁਸੀਂ ਕੈਮਿਸਟਰੀ ਤੇ ਪਹੁੰਚ ਗਏ। ਦੇਖੋ ਆਪਣਾ ਨੀ ਮੂੰਹ ਇਦਾਂ ਲੱਗਦਾ ਜਿਵੇਂ ਫਿਜ਼ਿਕਸ ਦੀ ਕਿਤਾਬ ਗਿੱਲੀ ਹੋਈ ਹੁੰਦੀ ਹੈ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਪਹਿਲੀ ਗੱਲ ਪੁੱਤਰ ਤੂੰ ਹੈ ਕੌਣ? ਮੈਂ ਜੀ ਕਟਪਾ। ਹੈਂ? ਕਟਪਾ ਦੇਖ ਲਾ, ਮਰਜ਼ੀ ਹੈ ਤੇਰੀ ਜੀ। ਮੈਂ ਕਟਪਾ ਹੀ ਆ, ਰਿਕਸ਼ੇ ਵਾਲਾ। ਅੱਛਾ ਅੱਛਾ ਅੱਛਾ, ਤੇ ਨਾ ਪੁੱਤਰ ਪ੍ਰੋਫੈਸ਼ਨ ਨਾਲ ਦੱਸੀਦਾ ਹੁੰਦਾ ਕਟਪਾ ਰਿਸ਼ਤੇ ਵਾਲਾ, ਰਿਕਸ਼ੇ ਵਾਲਾ। ਹਾਂਜੀ। ਤੇ ਕੀ ਹੋਇਆ, ਕੀ ਤੈਨੂੰ ਜੀ? ਦੋ ਕੁੱਤੇ ਫੇਲ ਹੋ ਗਏ, ਦੋ ਕੁੱਤੇ ਚੋਰੀ ਹੋ ਗਏ। ਦੋ ਕੁੱਤੇ ਫੇਲ ਹੋ ਗਏ, ਦੋ ਕੁੱਤੇ ਚੋਰੀ ਹੋ ਗਏ। ਜੀ ਜੀ, ਹੱਲ ਕਰੋ ਜੀ। ਅੱਛਾ, ਜਿਹੜੇ ਇੰਟੈਲੀਜੈਂਟ ਸੀ ਉਹ ਚੋਰੀ ਹੋ ਗਏ, ਤੇ ਜਿਹੜੇ ਨਲਾਇਕ ਸੀ ਉਹ ਫੇਲ ਹੋ ਗਏ। ਹਾਂਜੀ ਹਾਂਜੀ। ਆਪਣਾ ਮੂੰਹ ਕਾਹਤੋਂ ਬਣਿਆ ਤੁਸੀਂ? ਵੱਧ ਵੱਧ ਖੁੱਲ ਜਾਂਦਾ। ਉਹ ਨਹੀਂ, ਵੱਧ ਨਹੀਂ, ਵੱਧ ਖੁੱਲ ਜਾਂਦਾ ਸਰ। ਮੈਂ ਕਿਹਾ ਮੂੰਹ ਕੀ ਹੋਇਆ ਦੱਸੋ। ਜਿੱਦਾਂ ਘੋੜੇ ਦੇ ਨੀ ਐ ਲੱਗਾ ਹੁੰਦਾ ਜੀ। ਹਾਂ। ਇੱਕੇ ਰਾਹ ਤੇ ਜਾਣਾ, ਇੱਕੇ ਪਾਸੇ ਦੇਖਣਾ, ਕਿਸੇ ਆਸੇ ਪਾਸੇ ਨੀ ਦੇਖਣਾ। ਓਦਾਂ ਸਾਨੂੰ ਵੀ ਐਂ ਰੱਖਣਾ ਪੈਂਦਾ, ਉਹਦੇ ਨਾਲ ਆਸੇ ਪਾਸੇ ਨੀ ਸੁਣਨਾ। ਅੱਛਾ, ਕੋਈ ਮਾੜੀ ਗੱਲ ਨੀ ਸੁਣਨੀ, ਸਿਰਫ ਰਿਕਸ਼ਾ ਚਲਾਈ ਜਾ, ਸਿਰਫ ਗੋਲ ਤੇ ਧਿਆਨ ਦੇਣਾ। ਵਾਹ ਵਾਹ। ਤੇ ਅੱਗੇ ਜੇ ਚੌਰਸ ਹੋਵੇ ਤੇ? ਫਿਰ ਵੀ ਗੋਲ ਤੇ। ਤੇ ਗੋਲ ਤੇ ਤੁਹਾਡੇ ਮੱਥੇ ਤੇ ਧਿਆਨ ਕਿੱਦਾਂ ਦਿੰਦੇ ਤੁਸੀਂ? ਆਹੋ, ਜਿਹੜਾ ਮੱਥੇ ਤੋਂ ਕੋਲ ਹੈ ਤੇ ਕਿਉਂ ਨਹੀਂ ਧਿਆਨ ਦਿੱਤਾ ਤੂੰ? ਇਹ ਜਦੋਂ ਸ਼ੀਸ਼ੇ ਸ਼ਕਲ ਦੇਖੀ ਤੇ ਉਦੋਂ ਤਿਲਕ ਲਾ ਕੇ ਤੁਰੀ ਦੇ ਉੱਤੇ। ਵਾਹ ਵਾਹ। ਉਹਦੇ ਨਾਲ ਤਾਂ ਤੁਹਾਨੂੰ ਲੱਗਦਾ ਕਿ ਹਾਂ ਵੀ ਬਹੁਤ ਇੱਕ ਸ਼ਗਨ ਹੋ ਗਿਆ। ਜੀ ਜੀ ਜੀ। ਹਾਲਾਂਕਿ ਮੂੰਹ ਤੁਹਾਡਾ ਆਪਣਾ ਕਿਸੇ ਟੂਣੇ ਵਰਗਾ। ਮਾਈ ਬਾਪ, ਸਾਡੇ ਦੋ ਕੁੱਤੇ ਲੱਭ ਦੋ ਜਿਹੜੇ ਚੋਰੀ ਹੋਏ ਆ। ਤੁਹਾਨੂੰ ਕੀ ਲੱਗਦਾ ਕਿ ਮੈਂ ਕੁੱਤੇ ਲੱਭਣ ਵਾਸਤੇ ਬੈਠਾ ਇੱਥੇ? ਪੁੱਤਰ, ਅਸੀਂ ਵੱਡੇ ਵੱਡੇ ਮਰਡਰ ਕੇਸ, ਦੂਸਰੇ ਕੇਸ, ਚੋਰੀ ਦੇ ਕੇਸ, ਐਦਾਂ ਦੇ ਕੇਸ ਸੋਲਵ ਕਰੀ ਤੇ ਤੇਰੇ ਕੁੱਤੇ ਲੱਭਣ ਚੱਲ ਜਾਈਏ। ਅੱਛਾ, ਇੱਕ ਮੇਰੀ ਕੇਸਾਂ ਦੀ ਪੰਡ ਵਿੱਚ ਦਾ ਦੱਸ, ਜਿਹੜਾ ਤੇਰੇ ਕੁੱਤੇ ਦਾ ਹੁਲੀਆ ਸੇਮ ਟੂ ਸੇਮ ਤੇਰੇ ਵਰਗਾ, ਫਿਰ ਤਾਂ ਲੱਭ ਲਾਂਗੇ। ਨਹੀਂ, ਇੱਕ ਦੀ ਲੱਤ ਛੋਟੀ ਸੀ। ਅੱਛਾ। ਹਾਂ, ਤੇ ਬੜੀ ਸਪੀਡ ਨਾਲ ਚੱਲਦੇ ਸੀ, ਉਹਨਾਂ ਤੇ ਮੇਰੀ ਰੋਟੀ ਚੱਲਦੀ ਸੀ। ਅੱਛਾ, ਲੱਤ ਵੀ ਛੋਟੀ ਸੀ, ਸਪੀਡ ਨਾਲ ਚੱਲਦੇ। ਤਿੰਨਾਂ ਲੱਤਾਂ ਨਾਲ ਉਹ ਸਪੀਡ ਨਾਲ ਚੱਲਦਾ ਸੀ? ਨਹੀਂ ਨਹੀਂ, ਤਿੰਨਾਂ ਨਾਲ ਨਹੀਂ ਚੱਲਦਾ। ਚੌਥੀ ਲੱਤ ਕੀ ਕਰਦੀ ਸੀ ਉਹਦੀ? ਚਾਰਾਂ ਲੱਤਾਂ ਵਾਲਾ ਸੀ। ਲੱਤਾਂ ਦੇ ਪੁੱਤਰ ਮੈਂ ਚਾਰ ਹੀ ਦੱਸੀਆਂ, ਤੂੰ ਕਿਹਾ ਇੱਕ ਦੀ ਇੱਕ ਲੱਤ ਛੋਟੀ ਸੀ। ਹਾਂਜੀ, ਉਹਨੂੰ ਸਾਨੂੰ ਪੋਲੀਓ ਹੋਇਆ ਸੀ ਪੁੱਤਰ। ਇੱਕ ਤੇ ਹੁੰਦਾ ਉਹ ਪੋਲੀਓ, ਪੋਲੀਆ ਕਿ ਨੈਪੋਲੀਆ ਚ ਜਾ ਕੇ ਹੋਇਆ ਸੀ? ਸਿਰ ਪੀਲੀਆ ਤੇ ਪੋਲੀਆ ਮਿਕਸ ਹੋ ਗਿਆ ਹੋਣਾ। ਹਾਂ ਜੀ, ਆਹ ਪਹਿਲੇ ਪੀਲੀਆ ਹੋਇਆ ਹੋਣਾ, ਫਿਰ ਪੋਲੀਓ ਹੋਇਆ ਹੋਣਾ, ਫਿਰ ਪੋਲੀਆ ਹੋ ਗਿਆ ਹੋਣਾ। ਉਹ ਮਾਈ ਬਾਪ, ਉਹ ਪੋਲਾ ਸੀ, ਹੁਣ ਤਾਂ ਪੋਲੀਓ ਹੋ ਗਿਆ। ਯਾਰ, ਇਹ ਸਾਰੀਆਂ ਗੱਲਾਂ ਤੂੰ ਸੋਚ ਕੇ ਆਇਆ ਕਿ ਤੈਨੂੰ ਇਦਾਂ ਹੀ ਲੱਗਣ ਡਿਆ ਕਿ ਵਾਕਈ ਤੇਰੀ ਰਿਪੋਰਟ ਆ ਕੋਈ? ਰਿਪੋਰਟ ਆ ਮਾਈ ਬਾਪ। ਯਾਰ, ਤੂੰ ਚਾਰ ਵਾਰੀ ਬਾਪ ਕਹਿ ਤਾ ਮੈਨੂੰ, ਮੈਂ ਪੱਕਾ ਵੀ ਹੋ ਜਾਂਦਾ। ਮਾਈ ਵੀ ਕਹਿ ਨਾਲ, ਤੇ ਮਾਈ ਵੀ ਲੱਗਣ ਡਿਆ। ਹੁਣ ਮੈਂ ਤੈਨੂੰ ਕੀ ਕਰਾਂ, ਸਿਰ ਚ ਜੂਆਂ ਕੱਢਾਂ ਤਾਂ ਮੰਨੇਗਾ ਮਾਈ ਮੈਨੂੰ? ਰਾਜਾ ਜੀ, ਸਾਡੀ ਰਿਪੋਰਟ ਲਿਖ ਲਓ। ਵਾਹ ਵਾਹ। ਮੈਂ ਤੇ ਰਾਜਾ ਠੀਕ ਆ, ਇਹ ਤੈਨੂੰ ਸੈਨਾਪਤੀ ਲੱਗਣ ਡਿਆ? ਲੱਗਣ ਡਿਆ ਤੈਨੂੰ ਕਿਸੇ ਪਾਸੋਂ ਸੈਨਾਪਤੀ? ਨਹੀਂ ਜੀ। ਤੇ ਫੇਰ ਏਦਾਂ ਇਹ ਤਾਂ ਏਦਾਂ ਲੱਗਣ ਡਿਆ ਜਿਵੇਂ ਇਹਨੇ ਪਰੌਂਠੇ ਨਾ ਅੰਬ ਖਾਧੇ ਹੋ। ਯਾਰ, ਉਹ ਤਾਂ ਅੱਛੇ ਲਾਈਕ ਪਰੌਂਠੇ ਮੈਂ ਵੀ ਖਾਧੇ ਸੀ, ਪਰ ਸਾਡਾ ਤਾਂ ਕਹਿਣ ਦਾ ਫਰਜ਼ ਬਣਦਾ ਨਾ ਜੀ। ਫਰਜ਼ ਇਹ ਕਿਨੇ ਦੱਸਿਆ ਤੈਨੂੰ ਫਰਜ਼? ਜਦੋਂ ਦੀ ਮੈਂ ਫਰਜ਼ ਮੂਵੀ ਦੇਖੀ ਆ। ਠੀਕ ਆ ਭਰਾ, ਫਿਰ ਮਰਜ਼ੀ ਆ ਹੁਣ ਤੇਰੀ। ਤੁਹਾਡਾ ਮਨ ਖਰਾਬ ਕਰਾਈ? ਹੈਂ? ਉਹ ਤਾਂ ਪੁੱਤਰ ਜਦੋਂ ਤੂੰ ਅੰਦਰ ਐਂਟਰ ਕੀਤਾ ਉਦੋਂ ਹੀ ਹੋ ਗਿਆ ਸੀ। ਹੋਰ ਕਰਨਾ ਤਾਂ ਮਰਜ਼ੀ ਹੈ ਤੇਰੀ। ਇੱਕ ਵਾਰੀ ਇਹਦੇ ਪੈਰ ਦੇਖਿਓ ਜੀ ਚੰਗੀ ਤਰ੍ਹਾਂ। ਓਏ ਹੋਏ 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 ਹੋਏ, ਓਏ ਆ ਕੀ ਆ ਓਏ? ਮਿਹਨਤ ਕਰਨ ਵਾਲੇ ਇਨਸਾਨ ਹੈਂ, ਮਿਹਨਤ ਕਰਨ ਵਾਲੇ ਇਨਸਾਨ, ਧੂੜ ਕੱਠੇ ਚ ਪੈ ਜਾਂਦੀ ਮਿੱਟੀ, ਕੀ ਕਰੀਏ? ਪੁੱਤਰ, ਇਹ ਮੂੰਹ ਤੇ ਲਵਾ, ਮੂੰਹ ਥੱਲੇ ਲਵਾ, ਮੈਨੂੰ ਲੱਗਦਾ ਕਿ 400 ਦਿਹਾੜੀ ਤੂੰ ਵੀ ਨਹੀਂ ਛੱਡਦੀ ਕਿਤੇ ਨਾ ਕਰੀ ਦੁਬਾਰਾ। ਮੇਰੇ ਕੋਲ ਗੰਡੇ ਵਾਲਾ ਫੋਨ ਆ। ਇਹ ਪੁੱਤਰ ਉਹੀ ਪੈਰ ਆ ਨਾ ਜਿਹੜਾ ਤੂੰ ਪੈਰਾਂ ਤੇ ਪਾਣੀ ਨੀ ਪੈਣ ਦਿੰਦਾ।
ਹੁਣ ਪੈ ਜਾਂਦਾ ਕਦੇ ਕਦੇ ਉਹ ਕਹਿੰਦੇ ਨੇ ਇਹ ਬੰਦਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਇਹ ਸੱਚੀ ਨਹੀਂ ਪੈਣ ਦਿੰਦਾ ਹਾਲ ਤੇ ਦੇਖੋ ਪੈਰਾਂ ਪੁੱਤਰ ਉੱਧਰ ਦਿਖਾ ਥੋੜਾ ਜਿਹਾ ਲੋਕਾਂ ਛੱਡੋ ਪੈਰੇ ਉਹਨਾਂ ਦਾ ਮਨ ਖਰਾਬ ਹੋ ਜਾਣਾ ਗੱਲ ਠੀਕ ਕਈ ਰੋਟੀ ਵੀ ਖਾਣ ਦੇ ਹੁੰਦੇ ਪੈਗ ਵੀ ਲਾਉਣ ਦੇ ਹੁੰਦੇ ਇਹੋ ਜਿਹੇ ਮਨ ਦੇਖ ਕੇ ਉਹਨਾਂ ਦੇ ਸਰ ਮੈਂ ਬੜਾ ਅਮੀਰ ਬੰਦਾ ਮੈਂ ਮਿਹਨਤ ਸਟਰਗਲ ਕਰ ਰਿਹਾ ਤੂੰ ਕੀ ਆ ਅਮੀਰ ਬੰਦਾ ਲੱਗਦਾ ਕਿਉਂ ਨਹੀਂ ਤੇ ਫਿਰ ਆਪਣੇ ਕੁੱਤੇ ਪਵਾ ਲੈ ਨਾ ਜੇ ਅਮੀਰ ਅਰੇ ਤੂੰ ਅੱਛਾ ਕੀਤਾ ਕਰੀ ਫਿਰ ਆਪਣੇ ਕੁੱਤੇ ਪਵਾ ਲੈ ਨਾ ਐਡੇ ਐਡੇ ਕੁੱਤੇ ਕਿਹੜੇ ਕਿਹਦੇ ਕੋਲੇ ਹੁੰਦੇ ਕੁੱਤੇ ਪਵਾ ਲੈ ਉਹਨੂੰ ਪੁੱਤਰ ਤੂੰ ਇੰਨੇ ਨੇ ਰੱਖ ਬਾਅਦ ਚ ਵੱਡੇ ਕਰ ਲਈ ਯਾਰ ਇਹ ਚ ਟੈਨਸ਼ਨ ਕਾਹਦੀ ਆਹੋ ਜਨਮ ਲੈਂਦੇ ਤਾਂ ਛੋਟੇ ਹੀ ਹੁੰਦੇ ਇਨਸਾਨ ਵੀ ਚਾਰਾਂ ਪਹੀਆਂ ਤੇ ਤੁਰਦਾ ਕਿੰਨਾ ਤੇ ਚਾਰਾਂ ਪਹੀਆਂ ਤੇ ਮਤਲਬ ਲੱਤਾਂ ਤੇ ਤੈਨੂੰ ਕਾਹਦੀ ਕਾਲੀ ਹੈ ਕਾਲੀ ਕਾਹਦੀ ਹੈ ਤੈਨੂੰ ਕੁੱਤਿਆਂ ਦੀ ਕੁੱਤੇ ਲੱਭਦਾ ਮੇਰੇ ਪੁੱਤਰ ਉਹਨਾਂ ਕੁੱਤਿਆਂ ਦਾ ਤੈਨੂੰ ਪਤਾ ਤੇਰੀ ਪਰ ਇੱਥੋਂ ਇੰਨੀ ਕੁ ਕੁੱਤੇ ਖਾਣੀ ਹੋ ਕੇ ਜਾਣੀ ਹੈ ਨਾ ਤੈਨੂੰ ਸਮਝ ਨਹੀਂ ਆਣਾ ਕਿ ਹੁਣ ਮੈਂ ਕਰਾਂ ਕਿੱਧਰ ਜਾਵਾਂ ਕਿੱਧਰ ਨੂੰ ਆਵਾਂ ਕਿੱਧਰ ਨੂੰ ਸਾਡੇ ਕੁੱਤੇ ਚੋਰੀ ਹੋ ਗਏ ਕੀ ਕਰੀਏ ਕੀ ਕਰੀਏ